असलामकुम की हाल चाल है जी कि सब वादिया हर तरह खैरिएत है जी आ, सब ठीक ठाक हो अल्लाह पाक तहू ठीक ठाक ही रखे जीवन बसते रहो बहुत बहुत शुक्रिया मुहब्बत का ਬਹੁਤ ਬਹੁਤ ਸ਼ੁਕਰੀਆ ਉਹਨਾਂ ਸਾਰੇ ਦੋਸਤਾਂ ਦਾ ਜਿਹੜੇ ਦੋਸਤ ਜਿਹਨਾਂ ਦੋਸਤਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਜਿਹੜੇ ਸਾਡੀ YouTube ਫੈਮਿਲੀ ਚ ਸ਼ਾਮਿਲ ਹੋਏ ਆ ਅਗਰ ਅਸੀਂ ਤੁਸੀਂ ਵੀ ਸਾਡੀ YouTube ਫੈਮਿਲੀ ਚ ਸ਼ਾਮਿਲ ਹੋਣਾ ਚਾਹੁੰਦੇ ਆ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਜ਼ਰੂਰ ਦਬਾਓ ਬਹੁਤ ਬਹੁਤ ਸ਼ੁਕਰੀਆ ਨਵਾਂ ਆਈਡੀਆ ਨਵੀਂ ਕਾਲ ਮਲਾਉਣ ਜਾ ਰਹੇ ਆ ਜੀ ਮਲਾਓ ਜੀ ਕਾਲ ਜੀ ਹੈਲੋ ਹੈਲੋ ਅਸਲਾਮੁਆਲੈਕਮ ਜੀ ਵਾਲੇਕਮ ਸਲਾਮ ਕੀ ਹਾਲ ਚਾਲ ਹੈ ਸ਼ੁਕਰ ਅੱਲਾ ਦਾ ਹੋ ਗਈ ਹੈ ਤਲਾ ਤੁਹਾਨੂੰ ਜੀ ਕਾਦੀ ਕਿਸ ਨੇ ਦੱਸਿਆ ਤੁਹਾਨੂੰ ਨਹੀਂ ਐਸੀ ਤਾਂ ਕੋਈ ਗੱਲ ਬਾਤ ਨਹੀਂ ਹੋਈ ਅੱਛਾ ਜੀ ਦਾਦਾ ਜੀ ਫੌਤ ਹੋ ਗਏ ਤੁਹਾਡੇ ਯਾਰ ਹਾਂ ਹਾਂ ਜੀ ਉਹ ਮਖਤਾਰਾ ਹਾਂ ਜੀ ਉਹ ਕਿਵੇਂ ਹੋ ਗਿਆ ਜੀ ਉਹ ਯਾਰ ਉਹ ਤਾਂ ਚੰਗਾ ਭਲਾ ਹੀ ਹੋ ਹੋ ਵਾਸੀ ਦਾਦਾ ਜੀ ਵੀ ਕੂਚ ਕਰ ਗਏ ਮੈਂ ਤਾਂ ਕਿਹਾ ਤੁਹਾਨੂੰ ਕਿਸੇ ਨੇ ਦੱਸਤਾ ਹੋਣਾ ਉਹ ਅਚਾਨਕ ਮੈਂ ਤੇ ਦੇਖਿਆ ਤੁਸੀਂ ਨਜ਼ਰ ਨਹੀਂ ਸੀ ਆਉਣ ਦੇ ਉਹ ਕਿਸੇ ਨੇ ਵੀ ਪੁੱਤ ਦੱਸਿਆ ਮੈਨੂੰ ਹਾਂਜੀ ਬਸ ਓਹ ਹੋ ਮੈਂ ਕਿਹਾ ਕਿ ਮਤਲਬ ਕਿ ਸਾਰੀ ਦੁਨੀਆ ਥੈਾਈ ਹੋਈ ਹੈ ਅੱਛਾ 4 ਵਜੇ ਫੌਤ ਹੋਏ ਅੱਜ 4 ਵਜੇ ਅੱਜ ਤੇ ਮੈਨੂੰ ਦੱਸਿਆ ਹੀ ਨਹੀਂ ਕਿਸੇ ਨੇ ਨਹੀਂ ਉਹ ਸਵੇਰੇ ਦਫਨਾਉਣਾ ਹਨ ਅੱਛਾ ਤੇ ਉਹ ਉਹ ਬੱਸ ਪੁੱਤੋਂ ਹੁਣ ਸਬਰ ਕਰੋ ਲੇਕਿਨ ਯਾਰ ਤੁਸੀਂ ਮੈਨੂੰ ਦੱਸਿਆ ਬਹੁਤ ਲੇਟ ਆ ਉਹ ਮੇਰਾ ਤੇ ਬਚਪਨ ਦਾ ਯਾਰ ਆ ਉਹ ਸਾਰੀ ਜ਼ਿੰਦਗੀ ਅਸੀਂ ਇਕੱਠਿਆਂ ਰਹੇ ਆ ਹਾਂ ਸਾਡਾ ਬੜਾਪਾ ਵੀ ਇਕੱਠਿਆਂ ਹੀ ਗੁਜ਼ਰਿਆ ਇੱਕੋ ਵਾਰੀ ਅਸੀਂ ਉਹ ਦੋਵੇਂ ਲਟਾਇਰ ਹੋਏ ਆ ਸਰਕਾਰੀ ਨੌਕਰੀ ਦੇ ਹਾਂਜੀ ਹਾਂਜੀ ਹਾਂ ਉਹ ਬੜਾ ਚੰਗਾ ਟਾਈਮ ਲੰਘਿਆ ਐ ਤੂੰ ਮੈਨੂੰ ਗੱਲ ਕਰਕੇ ਤੇ ਮੈਨੂੰ ਪਰੇਸ਼ਾਨ ਕਰ ਦਿੱਤਾ ਹੈ ਹਾਏ 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 ਮੇਰੇ ਮਾੜੇ ਨਸੀਬ ਹੈ ਮੈਂ ਮਕਾਨ ਛੱਡ ਕੇ ਹੁਣ ਲਿਆ ਵਾ ਦੂਸਰੀ ਜਗ੍ਹਾ ਤੇ ਜੇ ਮੈਂ ਚਲੋ ਉੱਥੇ ਹੁੰਦਾ ਤੇ ਸ਼ਾਇਦ ਮੈਨੂੰ ਪਤਾ ਲੱਗ ਹੀ ਜਾਂਦਾ ਕੋਈ ਮਹੱਲੇਦਾਰ ਹੀ ਦੱਸ ਦਿੰਦਾ ਹਾਂਜੀ 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 え ਬਹੁਤ ਮਾੜਾ ਹੋਇਆ ਯਾਰ ਬਸ ਮੇਰਾ ਤਨ ਰੋ ਰੋ ਕੇ ਨੇ ਜੀ ਵੱਖੀਆਂ ਜਿਹੜੀਆਂ ਚੜ ਗਈਆਂ ਉਹ ਬਸ ਪੁੱਤ ਹੁਣ ਸਬਰ ਤੋਂ ਇਲਾਵਾ ਕਰ ਵੀ ਕੀ ਸਕਦੇ ਆ ਅੱਲਾ ਦੇ ਕੰਮ ਆ ਤੁਸੀਂ ਟਾਈਮ ਨਾਲ ਪਹੁੰਚ ਜਾਈਓ ਸਵੇਰੇ ਸੁਬਾ ਕਿੰਨੇ ਵਜੇ ਜਨ ਆਇਆ 8 ਵਜੇ ਆ ਤੁਸੀਂ 6 ਵਜੇ ਆ ਜਿਓ ਚਲੋ ਅੱਲਾ ਖੈਰ ਰੱਖੇ ਜੇ ਮੈਨੂੰ ਕੋ ਕੰਮ ਨਾ ਹੋਇਆ ਮੈਂ ਰਾਤ ਨੂੰ ਹੀ ਆ ਜਾਊ ਹਾਂ ਚਲੋ ਚਲੋ ਰਾਤ ਨੂੰ ਹੀ ਆ ਜਿਓ ਬਸ ਆਖਰੀ ਵਕਤ ਸਿਰਫ ਤੁਹਾਡੀਆਂ ਗੱਲਾਂ ਕਰਦੇ ਰਹੇ ਕਿ ਕਹਿੰਦੇ ਯਾਰ ਹਾਏ 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 ਬੱਸ ਪੁੱਤ ਇਹ ਗਰਨਾ ਬੜੀ ਸ਼ਾਇ ਹੁੰਦੀ ਆ ਹਾਂਜੀ ਹਾਂਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੇਲੋ ਕੀ ਕਰ ਗਿਆ ਹੈ ਓ ਹੋ ਹੋ ਚੰਗੇ ਭਲੇ ਬੈਠੇ ਸੀ ਮੰਜੇ ਤੇ ਮੈਨੂੰ ਕਹਿੰਦੇ ਹੁੱਕਾ ਧਰ ਕੇ ਦੇ ਆ ਹੁੱਕੇ ਦਾ ਤੇ ਬੜਾ ਸ਼ਕੀਨ ਆ ਹਾਂ ਹੁੱਕਾ ਦਾ ਪੰਜ ਸਾਲਾਂ ਤੋਂ ਪੀਣ ਲੱਪਿਆ ਸੀ ਨਾਲ ਮੈਨੂੰ ਵੀ ਲਾਤਾ ਹੁੱਕੇ ਤੇ ਹਾਂਜੀ ਨਾਲ ਹੁੱਕਾ ਮੈਂ ਧਰ ਕੇ ਦਿੱਤਾ ਹਾਂ ਤੇ ਬਸ ਪਹਿਲਾ ਕਸ ਲਾਇਆ ਗੁੜ ਮਗਾਇਆ ਸੀ ਆਪਣਾ ਤਮਾਕੂ ਸਾਈਵਾਲੋਂ ਤੇ ਮੈਂ ਗਿਆ ਸੀ ਸਾਈਵਾਲ ਮੈਨੂੰ ਕਹਿੰਦੇ ਸੀ ਯਾਰ ਉੱਥੋਂ ਤਮਾਕੂ ਲਿਆ ਕੇ ਦੇ ਜੋਗੀ ਚੌਕ ਚੋਂ ਬਹੁਤ ਵਧੀਆ ਮਿਲਦਾ ਬਸ ਭਾਈ ਉਹਨੇ ساری ਜ਼ਿੰਦਗੀ ਕਾ ਵੀ ਪੀਤਾ ਵਾ ਤੇ ਤਮਾਕੂ ਉਹ ਨਸਾਈ ਵਾਲ ਦੋ ਲਿਆਂਦਾ ਹਾਂ ਇੱਕ ਵਾਰੀ ਮੋਟਰਸਾਈਕਲ ਤੇ ਅਸੀਂ ਦੋਵੇਂ ਨਿਕਲ ਗਏ ਅੱਛਾ ਮੋਟਰਸਾਈਕਲ ਤੇ ਅਸੀਂ ਗਏ ਆ ਰਸਤੇ ਦੇ ਵਿੱਚ ਪੁੱਤ ਤੈਨੂੰ ਕੀ ਦੱਸਾਂ ਟਾਇਰ ਟੂਰ ਪੈਂਚਰ ਹੋ ਗਿਆ ਨਾ ਕੋ ਪੈਂਚਰ ਵਾਲਾ ਲੱਭੇ ਇੰਨਾ ਜਲੀਲ ਹੋਏ ਅਸੀਂ ਉੱਥੇ ਹੈ ਫਿਰ ਅਸੀਂ ਗੱਡੀ ਖਲਾਰੀ ਇੱਕ ਪੰਪ ਤੇ ਉੱਥੋਂ ਫਿਰ ਅਸੀਂ ਅਰਬਨ ਦੇ ਵਿੱਚ ਗਏ ਇਸ ਪੱਲੇ ਤਮਾਕੂ ਨੇ ਉਦੋਂ ਇੰਨਾ ਜਲੀਲ ਕੀਤਾ ਹਾਂ ਜੀ ਬੱਸ ਯਾਦਾਂ ਹੀ ਰਹਿ ਜਾਂਦੀਆਂ ਜੀ ਯਾਦਾ ਤੂੰ ਮੈਨੂੰ ਪਰੇਸ਼ਾਨ ਕਰ ਛੱਡਿਆ ਇਹ ਗੱਲ ਸੁਣਾ ਕੇ ਉਹ ਪਾਸ 6 ਵਕਤ ਨੰਗਿਆ ਸਾਡਾ ਹਾਂਜੀ ਇੱਜ ਕਿਸੇ ਦਾ ਜ਼ਿੰਦਗੀ ਦੇ ਵਿੱਚ ਵਕਤ ਨਹੀਂ ਲੰਘਿਆ ਹੋਣਾ ਹੁਣ ਉਹ ਯਰਾਨੇ ਵੀ ਨਹੀਂ ਨਾ ਹੈਗੇ ਜੀ ਉਹ ਯਰਾਨੇ ਪੁੱਤ ਅੱਜ ਕੱਲ ਕਿੱਥੇ ਆ ਅੱਜ ਕੱਲ ਤੇ ਸਾਰੇ ਪੈਸੇ ਦੇ ਭਾਈ ਵਾਲਾ ਜਿਹਦੇ ਕੋ ਚਾਰ ਆਣੇ ਹੁੰਦੇ ਆ ਉਹਦੇ ਯਾਰ ਬੇਲੀ ਬਣ ਜਾਂਦੇ ਆ ਇਦਾਂ ਹੀ ਇਦਾਂ ਹੀ ਬਸ ਉਹ ਕਸ਼ ਲਾਇਆ ਪਹਿਲਾਂ ਤੇ ਕਹਿੰਦੇ ਦਿਲ ਘਭਰੋਂ ਡਿਆ ਮੈਂ ਜਨਾਬ ਗੱਡੀ ਗੱਡੀ ਅੱਛਾ ਹਸਪਤਾਲ ਲੈ ਗਿਆ ਪੂਰਾ ਨਹੀਂ ECG ਕੀਤੀ ਜਾਂਦੇ ਉਹਨਾਂ ਕਹਿੰਦੇ ਦਿਲ ਦਾ ਮਸਲਾ ਹੈ ਹਾਂ ਦਿਲ ਕਾ ਮਾਮਲਾ ਅੱਛਾ ਤੇ ਮੈਂ ਕਹਾਂ ਜੀ ਕੋ ਦੇਖੋ ਪੁੱਛੋ ਤੇ ਮੈਨੂੰ ਕਹਿੰਦੇ ਗੱਲ ਸੁਣ ਮੈਂ ਕੰਨ ਨੇੜੇ ਕੀਤਾ ਮੁਖਤਾਰੇ ਦੇ ਹਾਂਜੀ ਅੱਛਾ ਤੇ ਹੌਲੀ ਹੌਲੀ ਨਾ ਮੈਨੂੰ ਕਹਿੰਦੇ ਮੈਂ ਤੈਨੂੰ ਵਸੀਅਤ ਲਿਖਾਉਣੀ ਹੈ ਪੂਰਾ ਹੋ ਗਿਆ ਟੈਂਪਕਾ ਉਹ ਸਿਆਣੇ ਸੀ ਨਾ ਪਤਾ ਲੱਗ ਗਿਆ ਕਹਿੰਦੇ ਜੀ ਮੈਂ ਵਸੀਅਤ ਲਿਖਾਉਣੀ ਆ ਮੈਂ ਕਹਾਂ ਲਿਖਾਓ ਜੀ ਮੈਨੂੰ ਕਹਿੰਦੇ ਜੀ ਮੇਰਾ ਯਾਰ ਆ ਨਾ ਜਿਹੜਾ ਵਹੀਦ ਤੁਹਾਡਾ ਨਾਮ ਲਿਆ ਬੜਾ ਉਹ ਪੁੱਤ ਬੜਾ ਵਕਤ ਦੇ ਯਾਰ ਆ ਹੀ ਇਕੱਠਿਆਂ ਦੇਖ ਲੋ ਆਖਰੀ ਵਕਤ ਤੁਹਾਨੂੰ ਨਹੀਂ ਭੁੱਲੇ ਹਾਏ ਹਾਏ ਕਹਿੰਦੇ ਜੀ ਗੱਲ ਇਹ ਆ ਕਿ ਇੱਥੇ ਲਿਖ ਜੇ ਇਸ ਕਮਰੇ ਦੇ ਵਿੱਚ ਮੇਰਾ ਯਾਰ ਰਹਿੰਦਾ ਨਾ ਤੂੰ ਮੈਨੂੰ ਉਸੇ ਕਮਰੇ ਚ ਦਫਨਾਉਣਾ ਹੈ ਹਾਏ ਕਿੱਥੇ ਕੀ ਕਹਿ ਗਿਆ ਹਾਂ ਕੀ ਕਹਿੰਦਾ ਕਿੱਥੇ ਦਫਨਾਉਣਾ ਤੁਹਾਡੇ ਕਮਰੇ ਚ ਮੇਰੇ ਕਮਰੇ ਚ ਕਹਿੰਦੇ ਉਹਨੂੰ ਕਹੀਓ ਕਿ ਆਪਣਾ ਸਮਾਨ ਸਬੰਦ ਬਾਹਰ ਕੱਢੇ ਤੇ ਬਿਲਕੁਲ ਸੈਂਟਰ ਚ ਰੱਖ ਕੇ ਨਾ ਕਮਰੇ ਦੇ ਅੱਛਾ ਉੱਥੇ ਮੈਨੂੰ ਦਫਨਾ ਦੇਵੋ ਕਹਿੰਦਾ ਯਾਰ ਮੈਂ ਆਪਣੇ ਯਾਰ ਤੋਂ ਜੁਦਾ ਨਹੀਂ ਹੋ ਸਕਦਾ ਹਾਂ ਮੈਂ ਕਹਾਂ ਜੀ ਉਹਨੇ ਸਾਰੀ ਜ਼ਿੰਦਗੀ ਵੀ ਤੁਹਾਡੀ ਮੰਨੀ ਹੈ ਤੇ ਮੋੜ ਨਹੀਂ ਹੁਣ ਵੀ ਨਹੀਂ ਕੋਈ ਮੰਨੀ ਕਿੰਨੇ ਆ ਉਹ ਬੋਲ ਕਿੰਨੇ ਮੰਨੀ ਸਾਰੀ ਜ਼ਿੰਦਗੀ ਉਹਦੀ ਸਮਾਨ ਆਪਣੇ ਕਮਰੇ ਦਾ ਕਢਾ ਦਿਓ ਕੌਣ ਕਢਾ ਦੇਵੇ ਸਿਸਤੇ ਮੈਂ ਬੰਦੇ ਭੇਜਦਾ ਮੈਂ ਗੱਲ ਹੀ ਕਢਾ ਦਵਾ ਵੀ ਆਪਣੇ ਕਮਰੇ ਦਾ ਸਮਾਨ ਨਹੀਂ ਉਹਨਾਂ ਨੇ ਵਸੀਅਤ ਕੀਤੀ ਕਿ ਉਹਨੂੰ ਕਹਿੰਦੇ ਮੈਨੂੰ ਨਾ ਮੇਰੇ ਯਾਰ ਦੇ ਕਮਰੇ ਚ ਦਫਨਾਇਓ ਬੜਾ ਵੀ ਯਾਰ ਤੇ ਆਖਰੀ ਟਾਈਮ ਇਸ਼ਾਨ ਕਰ ਗਿਆ ਯਾਰ ਐਂਟ ਤੇ ਗਰਦਾਰੀ ਕਰ ਗਿਆ ਇਹ ਗੱਲ ਕਹਿ ਕੇ ਇਹ ਆ ਕਿ ਕਹਿੰਦੇ ਮੇਰੇ ਯਾਰ ਨੂੰ ਲਿਖਾਇਆ ਕਿ ਰਾਤ ਨੂੰ ਨਾ ਮੇਰੀ ਕਬਰ ਦੇ ਬਿਲਕੁਲ ਨਾਲ ਨਾ ਥੱਲੇ ਸਾਫਿਸ਼ ਆ ਕੇ ਮੇਰਾ ਯਾਰ ਵੀ ਸੌਂ ਜਾ ਕਰੇ ਤੁਸੀਂ ਆਹ ਇਤੇ ਯਰਾਨੇ ਚਾਹੀ ਤਿੱਕਰ ਕੱਠੇ ਲਈ ਸੁੱਤੇ ਆਖਰੀ ਟਾਈਮ ਮਦਨ ਨੇ ਮੈਂ ਕਿੱਥੋਂ ਸੌਣਾ ਕੁੱਤੇ ਆ ਗਿਆ ਜੰਤਿਆ ਦੀਵੇ ਜਿਹੜੇ ਆ ਜੁਮਰਤ ਜੁਮਰਤ ਬਾਲਿਆ ਕਰਿਓ ਕਿਉਂ ਕੀ ਗੱਲ ਆ ਮੇਰਾ ਮੀਟਰ ਕੱਟਿਆ ਕਿ ਮੈਂ ਦੀਵੇ ਬਾਲਣੇ ਆਪਣੇ ਘਰ ਚ ਪੱਖਾ ਲੱਗਾ ਆ ਨਾ ਜੀ ਕਿੱਥੇ ਛੱਤ ਕਿਉਂ ਕਬਰ ਖੁੱਲੀ ਰੱਖਣੀ ਉਹਦੀ ਲੈ ਪੱਖਾ ਲੱਗਾ ਉਹਨੇ ਬੜਾ ਕਬਰ ਚ ਇੰਜਣ ਖੋਲਣਾ ਵੀ ਉਹਨੂੰ ਹਵਾ ਜ਼ਰੂਰੀ ਚਾਹੀਦੀ ਆ ਤੇ ਜਿਹੜਾ ਤੁਹਾਡੇ ਨਾਲ ਦਾ ਕਮਰਾ ਹੈ ਨਾ ਉਹਦਾ ਵੀ ਕਹਿ ਗਿਆ ਹਾਂਜੀ ਉਹ ਲਿਖ ਕੇ ਗਿਆ ਕਿ ਤੇਰੀ ਦਾਦੀ ਜਿੱਦੋਂ ਫੌਤ ਹੋਏਗੀ ਨਾ ਅੱਛਾ ਤੇ ਉਹਨੂੰ ਉਸ ਕਮਰੇ ਚ ਦਫਨਾਉਣਾ ਹੈ ਕਹਿੰਦੇ ਅਸੀਂ ਦੋਨੋਂ ਮੀਆਂ ਬੀਵੀ ਨਾਲ-ਨਾਲ ਕਮਰਿਆਂ 'ਚ ਮੈਨੂੰ ਇਹ ਦੱਸ ਪੁੱਤ ਕਿ ਮੈਂ ਕਿਸੇ ਰੋਡ ਤੇ ਰਹਿਣਾ ਕਿ ਵੀ ਮੈਨੂੰ ਇੱਥੇ ਜੰਪ ਚਾਹੀਦੀ ਆ ਕਿ ਇੱਥੋਂ ਮੋਟਰਸਾਈਕਲਾਂ ਕਾਰਾਂ ਬਹੁਤ ਤੇਜ਼ ਲੰਘਦੀਆਂ ਆ ਖੋਤਿਆ ਜਾਂਦੇ ਆ ਲੰਘਦੀਆਂ ਕਿਹੜੀ ਗੱਲ ਕਰਨ ੜਿਆ ਤੂੰ ਤੇ ਹਾਂਜੀ ਹਾਂਜੀ ਮੈਂ ਗੱਲ ਕਰਨ ੜਿਆ ਉਹਨਾਂ ਨਾਲ ਤੁਸੀਂ ਜਾਓ ਪੁੱਟੋ ਫਰਸ਼ ਉਹਨਾਂ ਦਾ ਕਿੰਨਾ ਦਾ ਜਾਓ ਜਾਓ ਕਈਆਂ ਗੈਂਤੀਆਂ ਦੇ ਲਓ ਉਹ ਪੁੱਤ ਕੀ ਗੱਲ ਐ ਇੱਥੇ ਕਾਹਦਾ ਫਰਸ਼ ਪੁੱਟਣਾ ਮੈਂ ਮਕਾਨ ਨਵਾਂ ਬਣਾਇਆ ਤੂਏ ਦਾ ਫਰਸ਼ ਵੀ ਪਟਾਉਣ ਲੱਬਿਆ ਹੈ ਹਾਂ ਬੰਦੇ ਆ ਰਹੇ ਆ ਜੀ ਮੇਰੇ ਵਾਸਤੇ ਬੰਦੇ ਆ ਰਹੇ ਆ ਇਹ ਸਮਾਨ ਸਮੁੰ ਤੁਹਾਡੇ ਕਮਰੇ ਦਾ ਆਪ ਹੀ ਕੱਢ ਲੈਣਗੇ ਬਾਅਦ ਕੱਢੂ ਮੈਂ ਉਹਦੀਆਂ ਲੱਤਾਂ ਨਾਲ ਭਾਣੂ ਤੋਂ ਸਮਾਨ ਕੱਢੂ ਮੇਰੇ ਕਮਰੇ ਦਾ ਤੇ ਜੀ ਮੈਂ ਬੰਦੇ ਭੇਜ ਦੇਣਾ ਜੀ ਕਾਹਦੇ ਵਾਸਤੇ ਪੁੱਟਦੇ ਫਰਸ਼ ਫੁਰਸ਼ ਤੁਹਾਡਾ ਕਬਰ ਕੱਢਦੇ ਕਿਹਦੀ ਕਬਰ ਓਏ ਇਹਦੀ ਕਬਰ ਕਿਤੇ ਪੁੱਤ ਇੱਥੇ ਘਰ ਕਢਾ ਐਡਾ ਵੀ ਮੇਰੇ ਜਨਾਨਾ ਕੋਈ ਨਹੀਂ ਸੀ ਇਹਦੇ ਨਾਲ ਇੱਡਾ ਥੁੜਿਆ ਮੇਰੇ ਇੱਕਦਮ ਸਾਰੀ ਵਸੀਅਤ ਮੇਰੇ ਬਾਰੇ ਲਿਖਾ ਗਿਆ ਤੁਹਾਨੂੰ ਹਾਏ 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 ਕਰ ਫੇੜਾ ਤੇਰੀ ਹਾਏ ਹਾਏ ਤੇ ਮੈਂ ਫੋਟੋਕਾਪੀਆਂ ਕਰਾ ਕੇ ਕਾਦੀਆਂ ਵਸੀਅਤ ਦੀਆਂ ਅੱਛਾ ਵੰਡਤੀਆਂ ਨੇ ਸਾਰਿਆਂ ਤੇ ਜਿੱਲੇ ਆਉਣਾ ਹੈ ਨਾ ਜੀ ਉਹਨਾਂ ਨੇ ਜਨਾਜ਼ੇ ਨੇ ਅੱਛਾ ਦਫਨਾ ਕੇ ਤੇ ਇਹ ਆ ਕਿ ਰੋਟੀ ਇੱਥੇ ਤੁਹਾਡੇ ਘਰ ਹੀ ਖਾਣੀ ਕਿੰਨਾ ਸਾਰੇ ਬੰਦੇ ਆਨੇ ਕਿਉਂ ਕੀ ਗੱਲ ਆ ਮੈਂ ਮਾਰਿਆ ਉਹਨੂੰ ਰੋਟੀ ਮੇਰੇ ਨਾਲ ਖਾਣੀ ਆ ਇਹ ਆ ਕੇ ਤਿੰਨ ਦਿਨ ਨਾ ਜੀ ਇੱਥੇ ਰਹਿਣਗੇ ਸਾਰੇ ਕਿਉਂ ਕੀ ਗੱਲ ਆ ਇੱਥੇ ਰਹਿਣਗੇ ਤੁਹਾਡੇ ਘਰ ਹੀ ਮੇਰੇ ਘਰ 깔 ਹੀ ਰਹਿਣਾ ਬਈ ਇਹ ਉਹ ਕਹਿੰਦੇ ਜੀ ਹਾਏ ਓਏ ਆ ਝੂਠੇ ਰੋਣੇ ਨਾ ਰੋ ਕੁੱਤਿਆ ਜਿਆ ਤੂੰ ਕਿਹੜੀਆਂ ਗੱਲਾਂ ਕਰਨ ਡਿਆ ਇਹ ਆ ਕੇ ਯਾਰ ਹੋਵੇ ਤਾਂ ਕੋਈ ਤੁਹਾਡੇ ਵਰਗਾ ਹੋਵੇ ਕਿਹੜਾ ਤੁਹਾਡੇ ਵਰਗਾ ਦੂਰ ਵੈਦ ਦੀ ਣੀਆਰੀ ਤੇ ਐਂਡ ਟਾਈਮ ਕੀ ਕਰ ਗਿਆ ਏਡਾ ਮੇਰਾ ਯਾਰ ਹੋ ਲੈ ਪੇ ਮੈਨੂੰ ਦਫਨਾ ਦਿਓ ਨਾਲ ਦਾ ਕਮਰਾ ਵਿਹਲਾ ਕਰਕੇ ਦਾਦੀ ਦਫਨਾ ਦਿਓ ਹੈ ਮੈਂ ਘਰੋਂ ਕੀ ਸਵੇਰ ਨੂੰ ਕੰਮ ਤੇ ਜਾਣ ਲੱਗਾ ਕਿਆ ਕਰੇਗਾ ਅੱਗੇ ਮੈਂ ਦਵਾਸਲਾਮ ਬੱਚਿਆਂ ਨਾਲ ਲੈ ਕੇ ਜਾਣਾ ਹੈ ਹੁਣ ਮੈਂ ਕੀ ਘਰੋਂ ਕਹਿ ਕੇ ਨਿਕਲਿਆ ਕਰਾਂ ਅਸਲਾਮੁਅਲੈਕੁਮ ਯਾ ਅਹਲਲ ਕਬੂਲ ਦਰ ਫੜੇ ਮੈਂ ਤੇਰੀ ਇਸ ਗੱਲ ਤੇ ਲੰਤੀਆ ਚਲੋ ਆ ਰਹਾ ਹੈ ਆ ਰਿਹਾ ਤੁਸੀਂ ਐਦਾਂ ਕਰੋ ਤੁਸੀਂ ਇੱਧਰ ਆ ਜਾਓ ਕਿੱਧਰ ਆ ਜੀਏ ਜਨਾਜ਼ੇ ਤੇ ਤੇ ਕਬਰ ਕੱਢਣ ਵਾਲੇ ਤੁਹਾਡੇ ਆ ਲਾ ਜਾਂਦੇ ਮੈਂ ਤਾਂ ਜਨਾਜ਼ਾ ਵੀ ਨਹੀਂ ਪੜਨਾ ਜੋ ਇਹ ਕਰਕੇ ਗਿਆ ਐਂਡ ਤੇ ਲੈ ਵਸੀਅਤ ਵੇਖੀ ਲਾ ਕੇ ਗਿਆ ਯਾਰ ਹੁੰਦੇ ਆ ਕੋਈ ਨਾਵੇਂ ਸ਼ੈ ਲਾ ਕੇ ਜਾਂਦੇ ਆ ਹੈ ਅੱਛਾ ਜੀ ਚੰਗਾ ਜੀ ਫੇ ਮੇਰਾ ਹੁਣ ਰੋਣ ਨੂੰ ਦਿਲ ਕਰਨ ਦੇ ਲਲਤ ਬੇਸ਼ਮਾਰ ਤੂੰ ਸਾਰੀ ਜ਼ਿੰਦਗੀ ਰੋਂਦਾ ਹੀ ਰਵੇਂ ਕੁੱਤਿਆ ਜਿਹਾ ਲੈ ਰੋਣ ਨੂੰ ਤੇਰਾ ਦਿਲ ਕਰਨ ਡਿਆ ਇੱਥੇ ਤੇ ਫਲਾਉ ਕਿਤੇ ਮੈਂ ਹੁਣ ਭੋਰਾ ਰੋ ਲਵਾਂ ਜੀ ਤੇ ਤੁਸੀਂ ਰੋ ਕੰਜਰਾ ਮੈਨੂੰ ਵੀ ਰੋੜ ਆ ਕੇ ਕਰ ਛੱਡਿਆ ਫੜ ਕੇ ਚੰਗਾ ਜੀ ਫੇਰ ਨਹੀਂ ਉਹ ਚੰਗਾ ਮੇਰੇ ਵੱਲ ਤੂੰ ਵੀ ਮਰ ਜਾ ਲੱਦਾ ਦੀ ਵੀ ਦਫਨਾਉਣੀ ਆ ਮੈਂ ਕਬਰਿਸਤਾਨ ਚ ਡੇਰਾ ਲਾਇਆ ਨਾ ਦਾਦੀ ਦਫਨਾਉਣੀ ਇੱਥੇ